ਮਦ ਹਾਂ ਹਾਂ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਛਾ ਸਰ ਜੀ ਇਹ ਨਹੀਂ ਦੋ ਜਣੇ ਪੈਂਦੇ ਹੋ ਫਿਰ ਅੱਛਾ ਅਗਰ ਕੋਈ ਗਾਂ ਸ਼ਾਂ ਕਰਾਉਣ ਆ ਜਾਵੇ ਉਹਨੂੰ ਦੇ ਦਿੰਦੇ ਹੋ ਵਾਹ ਵਾਹ ਜੀ ਗਾਂ ਵੀ ਬਾਣੇ ਚ ਕੋ ਲਾ ਰਵੇ ਸੀ ਆਹ ਸਹੀ ਗੱਲ ਹੈ ਵੀਡੀਓ ਦੀ ਚਾਹ ਸਮਝਦੇ ਬਈ ਮੈਂ ਮਾਰ ਕਦੇ ਸੀ ਹਾਊਸ ਬਿੱਲਾ ਹਿੰਦ ਸ਼ੈਵਾਨ ਜੀ ਬਿਸਮਿਲ੍ਲਾ ਰਹਿਮਾਨ ਹਾਂ ਜੀ ਵੀਰ ਤਾਂ ਮੈਂ ਆਇਆ ਖੜਾ ਇੱਥੇ ਬਾਈ ਉਹਨਾਂ ਕੋਲ ਅਤੇ ਇੰਨਾ ਇਕਦਾਨ ਪਾਲਿਆ ਬੜਾ ਮਾਸ਼ਾਅੱਲਾ ਖੂਬਸੂਰਤ ਅਤੇ ਇੱਥੇ ਅੱਜ ਜਲਸਾ ਦਾਨ ਦਾ ਤਾਂ ਅਸਾਂ ਉੱਥੇ ਵੀਡੀਓ ਬਣਾਈ ਅਤੇ ਦਾਨ ਸਾਨੂੰ ਲੱਗਾ ਖੂਬਸੂਰਤ ਅਤੇ ਅਸਾਂ ਬਾਈ ਉਹਨਾਂ ਕੋਲ ਪਹਿਲੇ ਇਜਾਜ਼ਤ ਲਈ ਇੰਨਾ ਫਿਰ ਤੁਸੀਂ ਬਣਾ ਲਓ ਯੂਟਿਊਬ ਚੈਨਲ 'ਤੇ ਸਾਡੀ ਵੀਡੀਓ ਦੇ ਸਕਦੇ ਤਾਂ ਮੁੜ ਅਸਾਂ ਤੁਹਾਨੂੰ ਦਾਨ ਵੀ ਖਿੰਨ ਬਾਈ ਕੀ ਹਾਲ ਆ ਕਰੀਏ ਅੱਛਾ ਇਹ ਤੁਸੀਂ ਕਿਸ ਵਾਸਤੇ ਸਮਝ ਇਹ ਇਹਦੇ ਵਾਸਤੇ ਆ ਇਹ ਵਜਾਉਣ ਛਾਉਣ ਵਾਸਤੇ ਜਾਂ ਵੈਸੇ ਰੇਹੜੀ ਵਾਸਤੇ ਖੂਬਸੂਰਤ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਜੀ ਤਾਂ ਜੀ ਵੀਰ ਤਾਂ ਇਹ ਚੈੱਕ ਕਰੋ ਜੀ ਇਹ ਤਾਂ ਸਾਹ ਜੀ ਕਿਹੜੀ ਨਸਲ ਦਾ ਭਾਈ ਹੈ ਹਰੀਜਨ ਅਤੇ ਥੋੜ੍ਹੀ ਜਿਹਾ ਨੂੰ ਹੱਥ ਲਾਓ ਤੇ ਮਰਿੰਦਾ ਹਾਂਜੀ ਵੀਰ ਤਾਂ ਮਾਸ਼ਾਅੱਲਾ ਜੀ ਇਹ ਭਾਈ ਹੋਰੀ ਆ ਵੇਖੋ ਜੀ ਗਏ ਖਲੋਤ ਨੇ ਇਸ ਕੋਲ ਤਾਂ ਹੱਥ ਹੀ ਲਾ ਰਹੇ ਥੋੜ੍ਹੇ ਸਿਰ 'ਤੇ ਹੱਥ ਲਾਓ ਲੈ ਭਾਈ ਵੀਰ ਤਾਂ ਮਾਸ਼ਾਅੱਲਾ ਭਾਈ ਹੋਰੀ ਸਿਰ 'ਤੇ ਹੱਥ ਲਾ ਰਹੇ ਅਸਲ ਖਿਦਮਤ ਜੀ ਕਰਿਆ ਦੇ ਨਾ ਅਤੇ ਇਸ ਵਜ੍ਹਾ ਤੋਂ ਮੁੜ ਉਹ ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਮਾਸ਼ਾਅੱਲਾ ਤਾਂ ਸਾਜੀ ਇਹਦੀ ਕਿੰਨੀ ਕੁ ਉਮਰ ਹੋ ਸੀ ਭਾਈ ਤਿੰਨ ਇੱਕ ਸਾਲ ਸਹੀ ਇਹਨੂੰ ਹੁਣ ਤੁਸੀਂ ਕਿਸ ਤਰ੍ਹਾਂ ਨੁਮਾਇਸ਼ ਵਾਸਤੇ ਰੱਖੇ ਹੋਏ ਜਾਂ ਕੁਰਬਾਨੀ ਤੇ ਵੇਚ ਦੇਣਾ ਅੱਛਾ ਕੁਰਬਾਨੀ ਤੇ ਤਾਂ ਮਾਸ਼ਾਅੱਲਾ ਕੁਰਬਾਨੀ ਤਕਰੀਬਨ ਕਿੰਨੇ ਅੱਕ ਦਾ ਸੇਲ ਹੋਵੇ ਸੀ ਤੁਹਾਡੀ ਵੇਖਣ 'ਚ ਇਹਦੇ ਤਾਂ ਮਾਸ਼ਾਅੱਲਾ ਅੱਛਾ ਰੇਟ ਲੱਗ ਸੀ ਅਗਰ ਕਿਸੇ ਅੱਛੀ ਮੰਡੀ 'ਤੇ ਵਗ ਗਿਆ ਤਾਂ ਅਤੇ ਬਾਕੀ ਜਿਹੜੇ ਜਾਨਵਰ ਰੱਖੇ ਉਹਨੇ ਵਜਾਉਣ ਵਾਸਤੇ ਅੱਛਾ ਇਹ ਮੰਡੀ ਦਾ ਹਾਂਜੀ ਵੀਰ ਤਾਂ ਮਾਸ਼ਾਅੱਲਾ ਇਸ ਨੂੰ ਰੇਹੜੀ ਵਗੈਰਾ 'ਤੇ ਜਾਂਦੇ ਹੋ ਜਾਂ ਰੇਹੜੀ 'ਤੇ ਜਾਂਦੇ ਹੋ ਇਹ ਜਿਹੜੇ ਆ ਮੇਲਾ ਲੱਗੋ ਆ ਤੁਹਾਡੇ ਸਾਹਮਣੇ ਇਸ 'ਤੇ ਭੱਜਿਆ ਜਾਂ ਕੋਈ ਨਹੀਂ ਭੱਜਿਆ ਇਹਦੀ ਰੇਹੜੀ ਮੁੜ ਕੀਤੇ ਤੁਹਾਡੇ ਕੋਲ ਹੈ ਸਹੀ ਭਾਈ ਅੱਛਾ ਅੱਛਾ ਸ਼ੌਕ ਹੀ ਹੈ ਹਾਂਜੀ ਵਾਹ ਭਾਈ ਵਾਹ ਮਾਸ਼ਾਅੱਲਾ ਅੱਛਾ ਫਰੀਜ਼ ਇਹਨਾਂ ਸਭ ਤੋਂ ਦੱਸਿਆ ਨੇ ਹਾਂਜੀ ਵੀਰ ਤਾਂ ਇੰਨਾ ਇਹ ਦੂਸਰੇ ਦਾਂ ਦੀ ਰੱਖੇ ਹੋਣ ਇਹ ਕਿਹੜੀ ਸਾਜੀ ਨਸਲ ਦਾ ਇਹ ਤੇ ਜਿਹੜੇ ਅੱਜ ਜਲਸੇ ਬੈਠ ਗਏ ਤੈਨੂੰ ਉਹਨਾਂ 'ਚ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਅਤੇ ਇਹ ਵੀ ਆਲਾ ਹੀ ਧੰਨੀ ਦਾ ਜੀ ਇਹ ਉਹ ਸ਼ੌਂਕ ਤਾਂ ਤੁਹਾਡਾ ਮਾਸ਼ਾਅੱਲਾ ਬੜਾ ਖੂਬਸੂਰਤ ਹੈ ਵੀ ਅਤੇ ਇਹ ਤੁਹਾਨੂੰ ਦੱਸੋ ਸਾ ਜੀ ਬਾਈ ਇਹ ਵਜਾਈ ਦੱਸੇ ਨੇ ਜੀ ਉਹ ਇੰਨੇ ਬਸ ਮੰਡੀ ਦਾ ਕਾਰੋਬਾਰ ਵੀ ਕਹਿੰਦਾ ਵਪਾਰ ਜਾਈ ਨਹੀਂ ਕਿਤੇ ਵਜਾ ਵਜੇ ਸ਼ੌਕ ਕੀਆ ਤੇ ਅੱਛਾ ਮਾਸ਼ਾਅੱਲਾ ਹਾਂਜੀ ਵੀਰ ਤਾਂ ਮਾਸ਼ਾਅੱਲਾ ਆਹ ਦਾਂਦ ਵੀ ਨਾ ਰੱਖਿਆ ਹੋਇਆ ਸ਼ੌਕ ਦਾ ਪਿਆ ਇਹ ਮਰਿੰਦਾ ਸੀ ਇਹ ਤੁਹਾਨੂੰ ਹੀ ਮਰਿੰਦਾ ਜੀ ਹਾਂਜੀ ਵੀਰ ਤਾਂ ਮਾਲਕਾਂ ਨੇ ਵੀ ਮਰਿੰਦਾ ਬਾਈ ਹੋਰੀ ਕਹਿ ਰਹੇ ਥੋੜ੍ਹਾ ਇਹ ਬਾਈ ਸਾਹਮਣੇ ਵੀ ਮਰਿੰਦਾ ਇਹ ਅਤੇ ਮਗਰ ਇਹ ਤਾਂ ਨੇੜੇ ਇੰਨੇ ਜਾਂਦੇ ਮੁੜੇ ਇਹਨੂੰ ਕਿਵੇਂ ਤੁਸੀਂ ਪਵਾਈਂਦੇ ਛਵਾਈਂਦੇ ਉਸ ਡਬਲ ਦੋ ਅੱਛਾ ਦੋ ਜਣੇ ਤਾਂ ਯਾਨੀ ਕਿ ਦੋ ਜਣੇ ਰਲ ਤੇ ਤੁਸੀਂ ਇਹਨੂੰ ਪਵਾਈਂਦੇ ਛਵਾਈਂਦੇ ਨਹੀਂ ਤਾਂ ਇਹ ਨਹੀਂ ਪੀਚਦਾ ਖੁਦਾ ਨਾ ਖਾਸ ਤਾਂ ਕੋਈ ਵਾਗ ਜਾਂਦੇ ਤੇ ਤੁਸੀਂ ਵਾਗ ਜਾਂਦੇ ਤਾਂ ਮੁੜ ਤੇ ਖਾਲਾ ਆਖਿਰ ਸੌ ਦੁੱਖ ਸੁੱਖ ਬੰਦੇ ਨਾਲ ਇਨਸਾਨ ਜੀ ਉੱਤੇ ਰਹੀ ਖੈਰ ਅਸੀਂ ਵਾਰ ਤਾਂ ਇੱਧਰ ਮਾਰਨ ਲੱਗੇ ਸਾਨੂੰ ਅਤੇ ਯਾਰ ਬੜੀ ਮਿਹਰਬਾਨੀ ਤੁਸੀਂ ਸਾਨੂੰ ਇਹ ਵੀਡੀਓ ਬਣਵਾਈ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਅਤੇ ਜੀ ਵੀਰ ਤਾਂ ਜਿਹੜੇ ਬੰਦੇ ਇਹ ਵੀਡੀਓ ਵੇਖ ਰਹੇ ਹਨ ਇਹਨਾਂ ਨੂੰ ਐਪਰੀਸ਼ੀਏਟ ਕਰਨ ਮਾਸ਼ਾਅੱਲਾ ਇਹਨਾਂ ਦੇਹਾਤ 'ਚ ਹੋ ਅਤੇ ਇਤਨੇ ਮਾਸ਼ਾਅੱਲਾ ਖੂਬਸੂਰਤ ਜਾਨਵਰ ਪਾਲੇ ਹੋਣ ਅਤੇ ਸਾਡੀ ਦੁਆ ਕਿ ਅੱਲਾ ਪਾਕ ਇਹਨਾਂ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਰਮਜ਼ਾਨ ਕੁਰਬਾਨੀ ਆਉਂਦੀ ਪਈ ਕੁਰਬਾਨੀ 'ਤੇ ਰੋਜ਼ੀ ਦਿਓ ਜੀ
ਦਾ ਭਾਈ ਤੁਸੀਂ ਆਪਣਾ ਨਾਂ ਹੀ ਦੱਸ ਚਲੋ ਚਲੋ ਕੋਈ ਹਾਂਜੀ ਕੈਸਰ ਬਸ ਕੌਣ ਹੁੰਦੇ ਹੋ ਕੈਸਰ ਬਸ ਮਾਣਾ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਵਿਵਰਤ ਇਹ ਬਾਕੀ ਇੰਨਾ ਮਾਸ਼ਾਅੱਲਾ ਰੱਖੀਆਂ ਹੋਈਆਂ ਜਾਨਵਰ ਵਗੈਰਾ ਵੀ ਇਹਨਾਂ ਦੇ ਹਨ ਪੈ ਅੱਛਾ ਮੈਨੂੰ ਇਹ ਦੱਸੋ ਸਰ ਜੀ ਇਹ ਤੁਹਾਡੇ ਦਾਂਦ ਮੋਟਣ ਅਤੇ ਇਹ ਕਿਉਂ ਲਿਸੀਆਂ ਅੱਛਾ ਇਹਨਾਂ ਦੀ ਮਿਹਨਤ ਜ਼ਿਆਦਾ ਕਰਿਆ ਦਿਓ ਯਾਨੀ ਕਿ ਕੁਰਬਾਨੀ ਵਾਸਤੇ ਜ਼ਾਹਰੀ ਗੱਲ ਹੈ ਪਰ ਮਿਹਨਤ ਕਰਿਆ ਦਿਓ ਤਾਂ ਫਿਰ ਅੱਲਾ ਪਾਕ ਉਹਦਾ ਅਜਰ ਹੀ ਦਿੰਦਾ ਸੀ ਲਾਈ ਦਿੰਦਾ ਅਤੇ ਸਾਰੇ ਜਾਂ ਸੇਲ ਕਰਦੇ ਸੋ ਹਾਂਜੀ ਤਾਂ ਬੜੀ ਮਿਹਰਬਾਨੀ ਜੀ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਸ਼ੁਕਰੀਆ ਭਾਈ ਸ਼ੁਕਰੀਆ ਜਜ਼ਾਕ ਅੱਲਾ